ਸਲਾਮ ਅਲੈਕੁਮ ਗਾਈਸ, ਕਿਆ ਹਾਲ ਚਾਲ ਹੈ? ਠੀਕ ਹੈ, ਉਮੀਦ ਹੈ ਸਭ ਠੀਕ ਹੋਵੇਗੇ, ਹਰ ਖਰੀਅਤ ਸੇ ਹੋਵੇਗੇ ਜੀ। ਅਤੇ ਅੱਜ ਕਾ ਵਲਾਗ ਕਰਤੇ ਹੈ ਇੱਧਰ ਸੇ ਸ਼ੁਰੂ ਜੀ। ਠੀਕ ਹੈ ਜੀ, ਇਹ ਜੀ ਹਮਾਰੀ ਬੱਚਾ ਪਾਰਟੀ ਹੈ ਜੀ। ਜੀ ਜੀ ਦੇਖੇ ਜੀ, ਬੱਚਾ ਪਾਰਟੀ ਮਸਤੀਆਂ ਕਰ ਰਹੀ ਹੈ। ਠੀਕ ਹੈ ਜੀ, ਬੱਚਾ ਪਾਰਟੀ ਤਿਆਰ ਹੋ ਗਈ ਕਿ ਬਾਹਰ ਜਾਣਾ ਘੁੰਮਣ ਫਿਰਨ। ਠੀਕ ਹੈ, ਇਹ ਜੀ ਹਮਾਰਾ ਲੁਕਾਟ ਕਾ ਪੌਦਾ ਲੱਗਾ ਹੋਇਆ, ਮਾਸ਼ਾਅੱਲਾ ਜੀ, ਚੈੱਕ ਕਰੇ ਜੀ, ਇਹ ਲੁਕਾਟ ਕਾ ਪੌਦਾ ਲੱਗਾ ਹੋਇਆ ਜੀ। ਠੀਕ ਹੈ ਜੀ, ਮਾਸ਼ਾਅੱਲਾ, ਛੋਟਾ ਸਾ ਲਗਾਇਆ ਥਾ, ਬੜਾ ਸਾ ਹੋ ਗਿਆ। ਠੀਕ ਹੈ, ਉਸਕੇ ਬਾਅਦ ਇਹ ਜੀ ਲੱਗਾ ਹੋਇਆ ਹੈ, ਆਪ ਕਾਲਾ ਭਲਾ ਕਰੇ, ਇਹ ਲੱਗਾ ਹੋਇਆ ਹੈ ਹਰਮਾਨੀ ਕਾ ਬੂਟਾ। ਠੀਕ ਹੈ ਜੀ, ਉਸਕੇ ਬਾਅਦ ਅੱਲਾਹ ਆਪ ਕਾ ਭਲਾ ਕਰੇ ਜੀ, ਇਹ ਲੱਗਾ ਹੋਇਆ ਹੈ ਅਮਰੂਦ ਕਾ ਦਰਖਤ। ਠੀਕ ਹੈ, ਤੋ ਮਾਸ਼ਾਅੱਲਾ, ਇਹ ਕਾਫੀ ਛੋਟੇ ਦਰਖਤ ਹੈ, ਅਭੀ ਮਾਸ਼ਾਅੱਲਾ ਬਹੁਤ ਬੜੇ ਹੋ ਗਏ। ਠੀਕ ਹੈ ਜੀ, ਤੋ ਔਰ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰ ਦੇ ਤਾਂ ਕਿ ਸਪੋਰਟ ਮਿਲ ਜਾਏ ਆਪਕੀ। ਠੀਕ ਹੈ ਜੀ, ਤੋ ਉਹ ਜੀ ਦੁਕਾਨ ਤੱਕ ਬੰਦਾ ਆ ਗਿਆ। ਹਾਂ ਜੀ ਭਾਅ ਜੀ, ਦੋ ਬਿਸਕੁਟ ਦੇ ਜੀ। ਗਰਮੀ ਹੈ ਸ਼ਦੀਦ ਕਿਸਮ ਦੀ, ਗਰਮੀ ਬਹੁਤ ਸ਼ਦੀਦ ਕਿਸਮ ਦੀ ਹੈ। ਅਤੇ ਨਿੱਕੀ ਮੇਰੀ ਰੌਲਾ ਪਾਇਆ ਕਿ ਮੈਨੂੰ ਚੁੱਕ ਕੇ ਰੱਖੋ, ਅਤੇ ਮੇਰੀ ਘਰ ਵਾਲੀਆਂ ਦੀ ਪ੍ਰੈਸ਼ਰ ਕੁੱਕਰ ਬੰਦ ਕਰ ਦੇ ਅਤੇ ਦਾਲ ਚਾੜ ਲਈਏ। ਰੋਜ਼ ਦਾਲ ਖਾ ਕੇ ਥੱਕਦੀ ਨਹੀਂ ਹੈ ਵੀ, ਮੈਨੂੰ ਥਕਾ ਸਕਦੀ ਦਾਲਾਂ ਖਵਾ ਖਵਾ ਕੇ, ਆਪੂੰ ਨਹੀਂ ਥੱਕਦੀ। ਅਤੇ ਹੁਣ ਦਾਲ ਚਾੜ ਆ ਵੀ ਜਨਾਬ ਪ੍ਰੈਸ਼ਰ ਕੁੱਕਰ ਵਿੱਚ। ਠੀਕ ਹੈ ਜੀ, ਅਤੇ ਕਿਚਨ ਸਾਡਾ ਜੀ ਅਨਕੰਪਲੀਟ ਹੈ, ਪੈਸੇ ਪੂਸੇ ਰਹਿ ਲੈਂਦੇ ਤਾਂ ਫਿਰ ਕੰਪਲੀਟ ਵੀ ਕਰ ਲਾਂਗੇ। ਠੀਕ ਹੈ ਜੀ, ਇਹ ਦਾਲ ਹੈ ਜੀ, ਦਾਲ ਪ੍ਰੈਸ਼ਰ ਕੁੱਕਰ ਦਾਲ ਰੱਖੀ ਅਤੇ ਮੈਂ ਹੁਣ ਚਾੜ ਲਾਂ। ਠੀਕ ਹੈ ਜੀ, ਅਤੇ ਤੁਸੀਂ ਹੁਣ ਮੈਨੂੰ ਵੇਖੋ ਦਾਲ ਚਾੜਦੇ ਕਿ ਨਹੀਂ, ਮੈਂ ਚਾੜਦਾ ਹਾਂ। ਸਹੀ ਹੈ ਜੀ, ਇਹ ਦੇਖੋ ਜੀ, ਦਾਲ ਮੈਂ ਥੋੜ੍ਹੀ ਚਾੜ ਲਿਆ, ਅਤੇ ਢੱਕਣ ਪਤਾ ਨਹੀਂ ਕਿੱਧਰ ਗਿਆ ਪ੍ਰੈਸ਼ਰ ਕੁੱਕਰ ਦਾ, ਢੱਕਣ ਕਿੱਧਰ ਰਹੇ, ਢੱਕਣ ਬਾਹਰ ਰੱਖਾਈਏ ਅਤੇ ਦਾਲ ਅੰਦਰ ਰੱਖਾਈਏ। ਮੇਰੀ 5 ਸਾਲ ਹੋ ਗਏ ਨੇ ਮੇਰੇ ਵਿਆਹ ਨੂੰ, ਘਰ ਵਾਲੀ ਮੈਨੂੰ ਕੁੱਕਰ ਚਾੜਨਾ ਨਹੀਂ ਆਇਆ। ਠੀਕ ਹੈ, ਚਾੜਦੀ ਹੈ ਨਾਲ ਹੀ ਫੁਸ ਕਰ ਦਿੰਦਾ 10 ਮਿੰਟਾਂ ਬਾਅਦ। ਠੀਕ ਹੈ, ਇਹ ਤਾਂ ਪ੍ਰੈਸ਼ਰ ਕੁੱਕਰ ਦੀ ਸੇਫਟੀ ਲਾਜ਼ਮੀ ਹੈ, ਤਾਂ ਕਿ ਜਿਹੜਾ ਨਾ ਤੁਸੀਂ ਆਪੂ ਵੀ ਬਚ ਸਕੋ ਅਤੇ ਤੁਸੀਂ ਆਪਣੇ ਘਰ ਵਾਲਿਆਂ ਨੂੰ ਵੀ ਬਚਾ ਸਕੋ। ਠੀਕ ਹੈ, ਸੇਫਟੀ ਲਾਜ਼ਮੀ ਹੈ, ਪ੍ਰੈਸ਼ਰ ਕੁੱਕਰ ਬੜੇ ਧਿਆਨ ਨਾਲ ਗੌਰੋ ਫਿਕਰ ਨਾਲ ਬੰਦ ਕਰਨਾ। ਠੀਕ ਹੈ, ਤਾਂ ਕਿ ਜਿਹੜਾ ਤੁਹਾਨੂੰ ਵੀ ਨੁਕਸਾਨ ਨਾ ਹੋਵੇ ਅਤੇ ਤੁਹਾਡੇ ਘਰ ਵਾਲਿਆਂ ਨੂੰ ਵੀ ਨੁਕਸਾਨ ਨਾ ਹੋਵੇ। ਠੀਕ ਹੈ ਜੀ, ਅਤੇ ਹੁਣ ਮੈਂ ਚੱਲਾਂ ਵਾਂ ਆਪਣਾ ਬੱਚਿਆਂ ਨੂੰ ਫਲਾਣ ਟਲਾਣ, ਨਾਲੇ ਥੋੜ੍ਹੀ ਦੁਕਾਨ ਦਾ ਸਮਾਨ ਮੁੱਕਿਆ ਉਹ ਮੈਂ ਲੈ ਆਵਾਂ, ਅਤੇ ਹੁਣ ਚੱਲਦੇ ਹਾਂ ਮੋਟਰਸਾਈਕਲ 'ਤੇ। ਆ ਜਾਓ ਜੀ, ਦੁਕਾਨ ਬੰਦ ਕਰੋ ਜੀ, ਦੁਕਾਨ ਘਰ ਵਾਲੀ ਨੂੰ ਆਖਿਆ ਬੰਦ ਕਰੋ, ਬੰਦ ਕਰ ਸਕਦੀ ਹੈ। ਅਤੇ ਮੈਂ ਹੁਣ ਜਾ ਰਿਹਾ ਵਾਂ ਜੀ, ਅੱਲਾ ਤੁਹਾਡਾ ਭਲਾ ਕਰੇ, ਆਪਣੀ ਲਾਡੋ ਅਤੇ ਲਾਡੋ ਰਾਣੀ ਜਾ ਰਿਹਾ ਜੀ। ਲਓ ਜੀ, ਇਹ ਮੇਰੀ ਦੁਕਾਨ ਦਾ ਨਜ਼ਾਰਾ ਵੀ ਕਰ ਲਓ, ਅਤੇ ਪਲਾਜ ਸਾਹਿਬ ਦੇਖੋ ਤਿਆਰ ਹੋ ਗਏ ਨੇ, ਪਲਾਜ ਸਾਹਿਬ ਤਿਆਰ ਹੋ ਕੇ ਬੈਠੇ ਨੇ। ਠੀਕ ਹੈ ਜੀ, ਆਓ ਜੀ ਬਾਹਰ, ਆ ਜਾਓ ਜੀ, ਆ ਜਾਓ ਬਲਾਜ ਸਾਹਿਬ। ਲਓ ਜੀ, ਸਾਡੀ ਲਾਰੀ ਖਲੋਤੀ ਹੈ ਤਿਆਰ, ਲਾਰੀ ਕਹਿੰਦੀ ਮੈਨੂੰ ਮੇਰੇ 'ਤੇ ਭੋਗ ਦੇ ਮਾਰੋ, ਸਟਾਰਟ ਕਰੋ, ਸਾਡੀ ਬੱਕਰੀ ਹੈ ਤਾਂ ਮੈਨੂੰ ਪਾ ਲਓ ਵਿੱਚ, ਬੱਕਰੀ ਸਾਡੀ ਦਾ। ਠੀਕ ਹੈ ਜੀ, ਲਓ ਜੀ, ਕੁੱਕੜੀਆਂ ਨੇ ਬਾਹਰ ਹੀ ਡੇਰਾ ਲਾਇਆ, ਬੱਚਿਆਂ ਨੇ ਬਾਹਰ ਡੇਰਾ ਲਾਇਆ, ਅਤੇ ਈਸਾ ਸਾਹਿਬ ਨੇ ਬਾਹਰ ਡੇਰਾ ਲਾਇਆ। ਈਸਾ ਸਾਹਿਬ ਆ ਜਾਓ ਜੀ, ਚੱਲੀਏ ਜੀ। ਠੀਕ ਹੈ ਜੀ, ਅਸੀਂ ਮੋਟਰਸਾਈਕਲ ਆਪਣੇ ਅੰਦਰ ਵਧੀਏ, ਅਤੇ ਲਓ ਜੀ, ਸਾਡੇ ਘਰ ਦਾ ਵੀ ਥੋੜ੍ਹਾ ਨਜ਼ਾਰਾ ਵੇਖ ਲਓ, ਸਹੀ ਹੈ ਜੀ।
ਬੱਚੇ ਇੰਜਾਏ ਨੇ ਦੌੜਦੇ ਜਿਸ ਤਰ੍ਹਾਂ ਉੱਥੇ ਦੇਖ ਕੋਲ ਗਈ ਅਤੇ ਪਹਿਲੇ ਕਹਿੰਦੇ ਸਾਨੂੰ ਚਾਵਲ ਦੇ ਲਓ ਜੀ। ਠੀਕ ਹੈ ਜੀ, ਮਿਲਦੇ ਹਾਂ ਜੀ ਅਗਲੀ ਵੀਡੀਓ 'ਚ, ਅਤੇ ਤਦ ਤੱਕ ਆਪਣਾ ਖਿਆਲ ਰੱਖਿਓ ਅਤੇ ਮੈਨੂੰ ਵੀ ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।